इस वेले दी बेहद ही मंदभागी खबर खनौरी बॉर्डर तो सामने आई है, जिथे कि 20 साला नौजवान शुभकर्म सिंह दी गोली लगन कारण मौत हो गई। जी हाँ, दो भैणां दा इकलौता भरा सी शुभकर्म सिंह, जिसकी कि खनौरी बॉर्डर ते गोली लगन कारण मौत हो गई। दस दिए कि पिछले 8-9 दिनों तो किसान ने अपनियां हक्की मंगां नूं लैके शंभू अते खनौरी बॉर्डर ते डटे हुए ने, अते अज जो कि किसानां दे वलों दिल्ली कूच दा फैसला किया गया सी, जिसके चलदे माहौल है जिहड़ा खनौरी अते शंभू बॉर्डर ते बेहद ही तनावपूर्ण बनिया होया। इस विचाले किसानां दी पुलिस दे नाल किते ना किते जो कि टकराव भी देखने नूं मिलिया, तां हुण वड्डी ते बेहद ही मनभागी खबर है जिहड़ी खनौरी बॉर्डर तो सामने आई है। एक 20 साला नौजवान की गोली लगन कारण मौत हो गई। तो इस घटना की पुष्टि भारतीय किसान यूनियन एकता मालवा के पंजाब के मीत प्रधान गुरविंदर सिंह वालों की गई है। सो इस मामले संबंधी गलबात करने के लिए फोन लाइन से मेरे नाल जुड़े ने मीत प्रधान गुरविंदर सिंह जी, तो उन्होंने नाल भी गलबात करते हैं। हैलो, हाँ जी गुरविंदर सिंह जी, की यह वाकया होया कि नौजवान की गोली लगन कारण मौत हो गई, तो दस सकते हो? हाँ जी हाँ जी, ये ना खनौरी बॉर्डर से साडा जिहड़ा नौजवान है गया होया सीगा जी। किन्ने दिनों तो गया होया सी? 3 दिन हो जी। ਜਦੋਂ ਕਿਸਾਨ ਜਥੇਬੰਦੀਆਂ ਨੇ ਕਿਹਾ ਵੀ ਆਪਾਂ ਦਿੱਲੀ ਕੂਚ ਕਰਨਾ ਗਾ, ਤਾਂ ਇਹ ਨੌਜਵਾਨ ਦੇ ਉੱਥੋਂ ਜਿਹੜਾ ਕੇਂਦਰ ਸਰਕਾਰ ਦੀ ਇਹ ਸਿੱਧੀ ਗੋਲੀ ਦਾ ਸ਼ਿਕਾਰ ਹੋਇਆ ਵੀ ਉੱਥੋਂ ਜਿਹੜੀ ਕੇਂਦਰ ਦੀ ਜਿਹੜੀ ਉੱਥੇ ਫੌਜ ਲੱਗੀ ਹੋਈ ਆ ਉਹਨਾਂ ਵੱਲੋਂ ਸਿੱਧੀ ਗੋਲੀ ਲੱਗੀ ਆ, ਪਲਾਸਟਿਕ ਦੀ ਗੋਲੀ ਜਾਂ ਫਿਰ ਫਾਇਰ ਨੌਜਵਾਨ ਦੇ ਜਿਹੜੇ ਮੱਥੇ 'ਚ ਲੱਗੀ ਆ ਗੋਲੀ। ਕਿਹੜੀ ਗੋਲੀ ਲੱਗੀ ਆ ਸਰ, ਦੱਸ ਸਕਦੇ ਹੋ? ਪਲਾਸਟਿਕ ਦੀ ਜਾਂ ਦੂਜੀ ਜਿਹੜੀ ਫਾਇਰ ਕੀਤੇ ਗਏ? ਦੂਜੀ ਜਿਹੜਾ ਫਾਇਰ ਕੀਤਾ ਉਹਨਾਂ ਨੇ ਜੀ, ਉਹ ਗੋਲੀ ਲੱਗੀ ਆ। ਜੀ ਜੀ, ਕਿੰਨਾ ਸਮਾਂ ਹੋਇਆ ਵੈਸੇ ਇਸ ਘਟਨਾ ਵਾਪਰੀ ਨੂੰ? ਹਾਂਜੀ, ਕਿੰਨਾ ਕੁ ਸਮਾਂ ਹੋਇਆ, ਕਦੋਂ ਕਿ ਇਹ ਘਟਨਾ ਵਾਪਰੀ ਹੈ, ਕਿੰਨੇ ਵਜੇ ਦੀ ਗੱਲ ਹੈ? 2 ਘੰਟੇ ਹੋਏ ਹੈ ਜੀ ਕਰੀਬ। ਸਾਨੂੰ ਪਤਾ ਲੱਗਿਆ ਸੀ, ਹੁਣ ਰਜਿੰਦਰਾ ਹਸਪੀਟਲ ਜਾ ਰਹੇ ਹਾਂ ਜੀ। ਰਜਿੰਦਰਾ ਹਸਪੀਟਲ ਉਹਦੀ ਡੈੱਡ ਬੋਡੀ ਹੈ ਜਿਹੜੀ, ਉਹ ਲੈਂਦੀ ਗਈ ਹੈ। ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰ ਦਿੱਤਾ ਗਿਆ? ਹਾਂਜੀ ਹਾਂਜੀ, ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕਰਤਾ ਜੀ। ਕਿਹੜੇ ਪਿੰਡ ਨਾਲ ਸੰਬੰਧ ਰੱਖਦਾ ਸੀ ਮ੍ਰਿਤਕ ਨੌਜਵਾਨ? ਇਹ ਪਿੰਡ ਵੱਲੋਂ, ਜ਼ਿਲ੍ਹਾ ਬਠਿੰਡਾ ਜੀ। ਜੀ, ਤੇ ਘਰ ਦੇ ਹਾਲਾਤ? ਸੋਕਾ ਸਿੰਘ ਦਾ ਨਾਮ ਸੀ, 23 ਸਾਲ ਉਮਰ ਸੀਗੀ। ਜੀ ਜੀ, ਤੇ ਘਰ ਦੇ ਕਿਵੇਂ ਦੇ ਹਾਲਾਤ ਸੀ ਨੌਜਵਾਨ ਦੇ? ਮੈਡਮ, ਇੱਕ ਆਮ ਕਿਸਾਨੀ ਵਾਲਾ ਪਰਿਵਾਰ ਆਪਾਂ ਕਹਿ ਸਕਦੇ ਆ ਵੀ 3 ਏਕੜ ਦਾ ਮਾਲਕ ਸੀਗਾ ਜੀ ਜਿਹੜਾ ਇਹ ਸੀਗਾ। ਜੀ ਜੀ, ਤਾਂ ਹੁਣ ਕੀ ਮੰਗ ਕਰਦੇ ਹੋ? ਖੇਤੀਬਾੜੀ ਕਰਦਾ ਜੀ। ਜੀ, ਤਾਂ ਹੁਣ ਕੀ ਮੰਗ ਹੈ ਪਰਿਵਾਰ ਦੇ? ਪਰਿਵਾਰ ਦੀ ਇਹੀ ਮੰਗ ਹੈ ਜੀ ਵੀ ਪਰਿਵਾਰ ਦੀ ਵੀ ਸਮੁੱਚੀਆਂ ਜਥੇਬੰਦੀਆਂ ਦੀ SKM ਦੇ ਮੈਂਬਰ ਹੋਣ ਤੇ ਅਸੀਂ ਇਹ ਵੀ ਕਹਿੰਦੇ ਆ ਵੀ ਸੰਯੁਕਤ ਕਿਸਾਨ ਮੋਰਚੇ ਦੀ ਵੀ ਇਹੀ ਮੰਗ ਆ ਗਈ ਵੀ ਪਰਿਵਾਰ ਨੂੰ 10-10 ਲੱਖ ਰੁਪਈਆ ਕੇਂਦਰ ਸਰਕਾਰ ਦੇਵੇ, 10 ਲੱਖ ਰੁਪਈਆ ਪੰਜਾਬ ਸਰਕਾਰ ਦੇਵੇ, ਨੌਕਰੀ ਇੱਕ ਇੱਕ ਜੀ ਨੂੰ ਨੌਕਰੀ ਮਿਲੇ ਤੇ ਨਾਲ ਜਿੰਨਾ ਕਿਸਾਨੀ ਤੇ ਕਰਜ਼ਾ ਗਾ ਉਹਦਾ ਜਿਹੜਾ ਸਾਰੇ ਕਰਜ਼ੇ ਤੇ ਲੀਕ ਮਾਰੀ ਜਾਵੇ। ਜੀ, ਬਹੁਤ ਬਹੁਤ ਸ਼ੁਕਰੀਆ ਸਰ ਜਾਣਕਾਰੀ ਦੇਣ ਦੇ ਲਈ। ਸੋ ਬੇਹੱਦ ਹੀ ਮੰਦਭਾਗੀ ਖਬਰ ਖਨੌਰੀ ਬਾਰਡਰ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਸ਼ੁਭਕਰਨ ਸਿੰਘ ਦੀ ਮੌਤ ਹੋ ਗਈ ਗੋਲੀ ਲੱਗਣ ਦੇ ਕਾਰਨ। ਦੱਸ ਦੇ ਕਿ ਹਰਿਆਣਾ ਪੁਲਿਸ ਦੇ ਵੱਲੋਂ ਜੋ ਕਿ ਫਾਇਰ ਕੀਤੇ ਗਏ, ਤਾਂ ਗੋਲੀ ਆ ਜਿਹੜੀ ਉਹ ਇੱਕ 20 ਸਾਲਾ ਨੌਜਵਾਨ ਦੇ ਸਿਰ 'ਤੇ ਲੱਗਦੀ ਹੈ, ਜਿਸ ਕਾਰਨ ਨੌਜਵਾਨ ਦੀ ਮੌਤ ਹੋ ਗਈ। ਦੱਸ ਦੇ ਕਿ ਨੌਜਵਾਨ ਇੱਕ ਆਮ ਪਰਿਵਾਰ ਤੋਂ ਸੀਗਾ, ਅਤੇ ਨਾਲ ਹੀ ਪੀੜਤ ਪਰਿਵਾਰਕ ਮੈਂਬਰਾਂ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਪਰਿਵਾਰਕ ਮੈਂਬਰਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।